ਹਾਂਜੀ ਵੈਲਕਮ ਸਾਰਿਆਂ ਦਾ ਬੀਅਰਡ ਵਿਦ ਗਗਨਦੀਪ ਕੌਰ ਚੈਨਲ ਤੇ ਅੱਜ ਆਪਾਂ ਕਰਨ ਵਾਲਿਆਂ ਵਰਕ এডਿਕੇਸ਼ਨ ਐਂਡ ਇਟਸ ਰੈਲੇਵੈਂਸ ਕਾਰਜੀ ਸਿੱਖਿਆ ਤੇ ਇਸ ਦੀ ਪ੍ਰਸੰਗਿਕਤਾ ਕਾਰਜੀ ਸਿੱਖਿਆ ਸਿੱਖਿਆ ਦਾ ਇੱਕ ਜ਼ਰੂਰੀ ਅੰਗ ਹੈ ਜਾਨੀ ਕਿ ਕਰਕੇ ਸਿੱਖਣਾ ਠੀਕ ਹੈ ਕਿਸੇ ਕੰਮ ਨੂੰ ਕਰਕੇ ਸਿੱਖਣਾ ਇਹ ਸਿੱਖਿਆ ਜੀਵਨ ਦੀਆਂ ਬਪਿੰਨ ਸਰੀਰਕ ਸਰਗਰਮੀਆਂ ਰਾਹੀਂ ਗਿਆਨ ਨਿਰਖਣਾ ਸਦਾਚਾਰਕ ਮੁੱਲਾਂ ਅਤੇ ਜੀਵਨ ਕੌਸ਼ਲਾਂ ਵਿੱਚ ਵਾਧਾ ਕਰਦੀ ਹੈ ਸਾਡੇ ਜੀਵਨ ਨੂੰ ਡਿਵੈਲਪ ਕਰਦੀ ਹੈ ਠੀਕ ਹੈ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਐਕਸਪੀਰੀਐਂਸ਼ੀਅਲ ਲਰਨਿੰਗ ਜਿਵੇਂ ਆਪਾਂ ਪੜ ਰਹੇ ਹਾਂ ਉਹਦੇ ਵਿੱਚ ਵੀ ਇਹ ਹੀ ਸਾਰਾ ਕੁਝ ਆਪਾਂ ਪੜ ਰਹੇ ਹਾਂ ਪਰ ਫਿਰ ਵੀ ਇਹ ਇੱਕ ਟਾਪਿਕ ਹੈ ਇਸ ਦੇ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਵਿੱਚ ਦਿੱਤਾ ਹੋਇਆ ਤਾਂ ਅੱਜ ਆਪਾਂ ਇਸ ਨੂੰ ਦੇਖ ਲੈਣੇ ਆ ਇਸ ਨਾਲ ਕਿਰਤੀਆਂ ਤੇ ਬਾਬੂਆਂ ਵਿਚਲਾ ਪਾੜਾ ਦੂਰ ਕਰਨ ਦੀ ਕਰਨ ਵਿੱਚ ਸਹਾਇਤਾ ਮਿਲਦੀ ਹੈ ਜਾਨੀ ਕਿ ਜਿਹੜੇ ਕਿਰਤੀ ਹੈ ਤੇ ਕਿਰਤੀ ਲੋਕ ਆ ਤੇ ਇੱਕ ਵਾਈਟ ਕਾਲਰ ਲੋਕ ਆ ਜਿਹੜੇ ਕਿ ਸਿਰਫ ਘੱਟ ਮਿਹਨਤ ਕਰਕੇ ਤੇ ਵਧੀਆ ਪਹਿਨਾਵਾ ਪਹਿਨ ਕੇ ਜੀਵਨ ਬਤੀਤ ਕਰਦੇ ਆ ਉਹਨਾਂ ਵਿੱਚ ਇਹ ਗੈਪ ਆ ਜਿਹੜਾ ਉਸ ਨੂੰ ਖਤਮ ਕਰਦੀ ਆ ਅੱਗੇ ਦੇਖ ਲੈਣੇ ਵਰਕ এডਿਕੇਸ਼ਨ ਇਜ਼ ਐਨ ਇੰਟੀਗਰਲ ਪਾਰਟ ਆਫ এডਿਕੇਸ਼ਨ ਐਸ ਹੈਲਪ ਟੂ ਬ੍ਰਿਜ ਦਾ ਗੈਪ ਆਫ ਬਿਟਵੀਨ ਮੈਨੂਅਲ ਵਰਕਰਸ ਐਂਡ ਵਾਈਟ ਕਾਲਰ ਵਰਕਰਸ ਇਨ ਸੋਸਾਇਟੀ ਇਹ ਤੁਹਾਨੂੰ ਮੈਂ ਆਲਰੇਡੀ ਪੰਜਾਬੀ ਦੇ ਵਿੱਚ ਸਮਝਾ ਚੁੱਕੀ ਹਾਂ ਕਿ ਵਾਈਟ ਕਾਲਰ ਲੋਕ ਆ ਜਿਹੜੇ ਤੇ ਜਿਹੜੇ ਆਮ ਲੋਕ ਆ ਆਮ ਜਨਤਾ ਵਰਕ ਕਰਨ ਵਾਲੀ ਉਹਨਾਂ ਦੇ ਵਿੱਚ ਜਿਹੜਾ ਗੈਪ ਆ ਉਸ ਨੂੰ ਖਤਮ ਕਰਦੀ ਹੈ ਵਰਕ এডਿਕੇਸ਼ਨ ਗਿਵਸ ਰਿਸਪੈਕਟ ਐਂਡ ਡਿਗਨਿਟੀ ਟੂ 올 ਟਾਈਪਸ ਆਫ ਵਰਕਰਸ ਇਨ 올 ਸੈਕਟਰਸ ਆਫ ਦਾ ਕਮਿਊਨਿਟੀ ਹਰੇਕ ਤਰ੍ਹਾਂ ਦੇ ਕਿਸੇ ਵੀ ਚਾਹੇ ਉਹ ਸੈਕਟਰ ਤੋਂ ਆਉਂਦਾ ਕਿਸੇ ਵੀ ਖੇਤਰ ਤੋਂ ਆਉਂਦਾ ਹਰੇਕ ਨੂੰ ਰਿਸਪੈਕਟ ਦਿਵਾਉਂਦੀ ਹੈ ਵਰਕ এডਿਕੇਸ਼ਨ ਠੀਕ ਹੈ ਜਿਹੜੀ ਹੱਥੀ ਮਿਹਨਤ ਕਰਨ ਦੀ এডਿਕੇਸ਼ਨ ਆ ਉਸ ਦਾ ਸਬੰਧ ਕਿਸ ਦੇ ਨਾਲ ਆ ਹਰੇਕ ਨੂੰ ਰਿਸਪੈਕਟ ਮਿਲੇ ਹਰੇਕ ਹੱਥੀ ਕਿਰਤ ਕਰਕੇ ਸਿੱਖੇ ਉਹ ਦੇਖ ਲੈਣੇ ਆ ਕਾਰਜੀ ਸਿੱਖਿਆ ਦੀਆਂ ਵਿਸ਼ੇਸ਼ਤਾਵਾਂ ਕੈਰੈਕਟ੍ਰਿਸਟਿਕਸ ਆਫ ਵਰਕ এডਿਕੇਸ਼ਨ ਸਰੀਰਕ ਮੈਂਥ ਹਾਰਡ ਵਰਕ ਵਿਦ ਬੋਡੀ ਹਾਰਡ ਵਰਕ ਕਰਨਾ ਵਾ ਵਿਅਕਤੀ ਨੇ ਠੀਕ ਹੈ ਕਾਰਜ ਕਰਨ ਦੁਆਰਾ ਸਿੱਖਣ ਲਰਨਿੰਗ ਬਾਏ ਡੂਇੰਗ ਹੱਥ ਅਤੇ ਦਿਮਾਗ ਦਾ ਤਾਲਮੇਲ ਕੰਬੀਨੇਸ਼ਨ ਆਫ ਹੈਂਡ ਐਂਡ ਮਾਈਂਡ ਹੱਥ ਨਾਲ ਕੰਮ ਕਰਨਾ ਤੇ ਮਾਈਂਡ ਦੇ ਨਾਣਾ ਸਿੱਖਣਾ ਠੀਕ ਹੈ ਸਮੇਂ ਦੀ پابੰਦੀ ਪੰਕਚੁਅਲ ਬਣਾਉਂਦੀ ਹੈ ਇਹ ਅਨੁਸ਼ਾਸਨ ਡਿਸਪਲਾਈਨ ਸਿਖਾਉਂਦੀ ਹੈ ਇਮਾਨਦਾਰੀ ਔਨੈਸਟੀ ਇਨਸਾਨ ਦੇ ਅੰਦਰ ਪੈਦਾ ਹੁੰਦੀ ਹੈ ਆਤਮ ਨਿਰਭਰਤਾ ਸੈਲਫ ਡਿਪੈਂਡ ਜਿਹੜਾ ਇਹ ਵਿਅਕਤੀ ਨੂੰ ਬਣਾਉਂਦੀ ਹੈ ਕਾਰਜੀ ਸਿੱਖਣ ਦੇ ਜਿੰਨੇ ਵੀ ਤੁਸੀਂ ਵਿਸ਼ੇਸ਼ਤਾਵਾਂ ਲਿਖਣੀ ਆ ਆਪਣੇ ਕੋਲੋਂ ਮਾਈਂਡ ਦੇ ਨਾਲ ਵੀ ਲਿਖ ਸਕਦੇ ਹੋ ਸਾਰਿਆਂ ਦੇ ਵਿੱਚ ਇਹੀ ਹੈ ਕਿ ਇਹ ਸਾਨੂੰ ਬਹੁਤ ਸੈਲਫ ਡਿਪੈਂਡ ਬਣਾਉਣ ਵਿੱਚ ਸਾਨੂੰ ਹੱਥੀਂ ਮਿਹਨਤ ਕਰਨ ਲਈ ਪ੍ਰੇਰਿਤ ਕਰਨ ਵਿੱਚ ਠੀਕ ਹੈ ਤੇ ਇੱਕ ਕੋਈ ਵੀ ਅਮੀਰ ਗਰੀਬ ਦੇ ਵਿੱਚ ਭੇਦ ਭਾਪ ਮਿਟਾਉਣ ਦੇ ਵਿੱਚ ਸਹਤ ਕਰਦੀ ਹੈ ਇਹ ਸਾਰੀਆਂ ਇਸ ਦੀਆਂ ਵਿਸ਼ੇਸ਼ਤਾਵਾਂ ਬਹੁਤ ਹੀ ਈਜ਼ੀ ਟਾਪਿਕ ਆ ਇਸ ਲਈ ਮੈਂ ਜ਼ਿਆਦਾ ਲੰਬਾ ਨਹੀਂ करूंगी ਸਿਰਫ ਇਸ ਲਈ ਮੈਂ ਇਸ ਦੀ ਵੀਡੀਓ ਬਣਾਈ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਇਹ ਵੀ ਇੱਕ ਟਾਪਿਕ ਆ ਕਾਰਜੀ ਸਿੱਖਿਆ ਦਾ ਜਿਸ ਨੂੰ ਸਾਡੇ ਲਈ ਕਰਨਾ ਜ਼ਰੂਰੀ ਹੈ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਾਰਜੀ ਸਿੱਖਿਆ ਹੈ ਕਿ ਉਸ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਕਾਰਜੀ ਸਿੱਖਿਆ ਦਾ ਸਿੱਧਾ ਸਿੱਧਾ ਮਤਲਬ ਹੈ ਕਿ ਕਰਕੇ ਸਿੱਖਣਾ ਠੀਕ ਹੈ ਕਿਸੇ ਕੰਮ ਨੂੰ ਪਹਿਲਾਂ ਕਰੋ ਫਿਰ ਸਿੱਖੋ ਉਸ ਨੂੰ ਤੇ ਉਸ ਦੀਆਂ ਵਿਸ਼ੇਸ਼ਤਾਵਾਂ ਵੀ ਮੈਂ ਆਲਰੇਡੀ ਤੁਹਾਨੂੰ ਦੱਸ ਹੀ ਚੁੱਕੀ ਆਂ ਥੈਂਕ ਯੂ